निशानी सिखी इंटरनेशनल स्कूल खंडूर साहिब विखे सेवा सालाना इनाम वंड समागम करवाया गया। कार सेवा वाले बाबा सेवा सिंह जी की रहनुमाई हेठ चल रहे निशाने सिखी इंटरनेशनल स्कूल खंडूर साहिब विखे सेवा सालाना इनाम वंड समागम करवाया गया, जिस विच लैफ्टीनेंट जनरल गुरदीप सिंह ने मुख मेहमान वजो अते डॉक्टर जसदेव सिंह राय डायरैक्टर सिख ह्यूमन राइट्स ग्रुप ने विशेष मेहमान वजो शिरकत की। स्कूल की परंपरा अनुसार इस समागम की आरंभता विद्यार्थियों द्वारा गुरबाणी का शब्द गायन करके की गई। इस समागम दौरान स्कूल के विद्यार्थियों वालों नुक्कड़ नाटक गीत माँ बोली वातावरण की संभाल विषय उत्ते पेशकारी की गई। साका पंजा साहिब ते इतिहासिक नाटक पेश किया। इस तो इलावा कोरियोग्राफी पंजाबी लोक नाच भंगड़ा आदि भी पेश किया गया। इन्हां पेशकारियों मेहमाना ने बहुत सहलाया। इस प्रोग्राम दौरान स्कूल प्रिंसीपल सरदार अमरजीत सिंह द्वारा स्कूल की सालाना रिपोर्ट पढ़ी गई, जिस विच स्कूल दीयां प्राप्तियां बारे दस्या गया। इस समागम दौरान जिन्हां विद्यार्थियों ने विद्यक खेडा आदि खेत्रां विच मल्ला मारिया सन उन्हां नूं इनामां दी वंड की गई। डॉक्टर जसदेव सिंह राय ने स्कूल के चेयरमैन बाबा सेवा सिंह जी द्वारा विद्या के खेत्र अते वातावरण नूं शुद्ध करन लई कीते जा रहे हन। सोनू फतेहाबाद की खास रिपोर्ट।
ਸਾਲਾਨਾ ਫੰਕਸ਼ਨ ਅਟੈਂਡ ਕੀਤਾ, ਸੋ ਵਿਦਿਆਰਥੀਆਂ ਦੀਆਂ ਐਕਟੀਵਿਟੀਜ਼ ਦੇਖ ਕੇ ਤੁਹਾਨੂੰ ਕਿਵੇਂ ਦਾ ਮਾਣ ਮਹਿਸੂਸ ਹੋ ਰਿਹਾ? ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕੀਤਾ, ਔਰ ਜਿਹੜੇ ਸਬਜੈਕਟ ਸੀਗੇ ਪ੍ਰੋਗਰਾਮ ਦੇ ਵਿੱਚ ਅੱਜ ਕੱਲ੍ਹ ਦੇ ਮਾਹੌਲ ਦੇ ਲਈ, ਅੱਜ ਕੱਲ੍ਹ ਦੇ ਟਾਈਮ ਦੇ ਲਈ ਬਹੁਤ ਹੀ ਢੁੱਕਵੇਂ ਸੀਗੇ, ਜਾਂ ਖਾਸ ਤੌਰ 'ਤੇ ਇਨਵਾਇਰਮੈਂਟ ਦਾ ਬਚਾਓ, ਪਾਣੀ ਦਾ ਬਚਾਓ, ਨਾਲ ਡਰੱਗਸ ਜਾਂ ਨਸ਼ਿਆਂ ਦੇ ਅਗੇਂਸਟ, ਜਾਂ ਜਿਹੜੀ ਅੱਜ ਕੱਲ੍ਹ ਚਾਲ ਚੱਲੀ ਹੋਈ ਹੈ ਬੱਚਿਆਂ ਦੇ ਵਿੱਚ ਫੋਰਨ ਜਾਣ ਦੀ ਜਾਂ ਬਾਹਰ ਜਾਣ ਦੀ, ਉਹਦੇ ਅਗੇਂਸਟ ਇਹ ਸਭ ਜਿਹੜੀ ਚੀਜ਼ ਹੈ ਬਹੁਤ ਅੱਛੀ ਲੱਗੀ, ਤਾਂ ਕਿ ਸਭ ਬੱਚਿਆਂ ਨੂੰ, ਸਭ ਪੇਰੈਂਟਸ ਨੂੰ ਲੈਸਨ ਮਿਲੇ ਕਿ ਇਹ ਜਿਹੜੇ ਬੁਰੇ ਕੰਮ ਸ਼ੁਰੂ ਹੋ ਗਏ ਹੈ ਉਹਨਾਂ ਤੋਂ ਬਚਣ ਅਤੇ ਆਪਣੇ ਪੰਜਾਬ ਨੂੰ ਬਚਾਉਣ, ਨਹੀਂ ਤਾਂ ਆਪਣੀ ਕੌਮ ਬਹੁਤ ਹੀ ਖਰਾਬ ਹੁੰਦੀ ਜਾ ਰਹੀ ਹੈ ਇਹ ਸਾਰੇ ਕੁਰਕਰਮਾਂ ਦੇ ਨਾਲ। ਸਰ, ਬਾਬਾ ਜੀ ਵੱਲੋਂ ਜਿਸ ਤਰੀਕੇ ਨਾਲ ਯਤਨ ਕੀਤੇ ਜਾ ਰਹੇ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ, ਸੋ ਜੰਗਲ ਲਗਾਏ ਜਾ ਰਹੇ ਨੇ, ਸੋ ਸਾਰੇ ਇਹਨਾਂ ਯਤਨਾਂ ਨੂੰ ਕਿਵੇਂ ਦੇਖਦੇ ਜੇ, ਜਾਂ ਸੰਗਤ ਨੂੰ ਕਿਵੇਂ ਬਾਬਾ ਜੀ ਦਾ ਸਾਥ ਦੇਣਾ ਚਾਹੀਦਾ? ਇਹ ਜਿਹੜੇ ਬਾਬਾ ਜੀ ਦੇ ਯਤਨ ਮੈਂ ਦੇਖਿਆ ਹੈ, ਦਰਖਤ ਲਗਾਉਣੇ, ਸੋਲਰ ਐਨਰਜੀ ਦੇ ਵਿੱਚ ਵੀ ਜ਼ੋਰ ਦਿੱਤਾ, ਪਾਣੀ ਦਾ ਬਚਾਓ, ਰੇਨ ਵਾਟਰ ਹਾਰਵੈਸਟਿੰਗ ਅਤੇ ਬਾਕੀ ਦਾ ਪਾਣੀ ਨੂੰ ਸਾਫ਼ ਕਰਨਾ, ਇਹ ਜਿੰਨੇ ਵੀ ਯਤਨ ਹੈ ਇਹ ਬਹੁਤ ਹੀ ਇੰਪੋਰਟੈਂਟ ਹੈ, ਕਿਉਂਕਿ ਆਪਾਂ ਦੇਸ਼ ਦੇ ਵਿੱਚ ਕੀ ਦੁਨੀਆ ਦੇ ਵਿੱਚ ਹਰੇਕ ਕੋਈ ਡਿਵੈਲਪਮੈਂਟ ਬੋਲਦਾ ਰਹਿੰਦਾ ਹੈ, ਮਤਲਬ ਕਿ ਵਾਧਾ ਹੋਣਾ ਚਾਹੀਦਾ ਹੈ, ਵਾਧਾ ਕਿਸ ਕੀਮਤ 'ਤੇ ਹੋਣਾ ਚਾਹੀਦਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਆਪਾਂ ਨੂੰ ਚਾਹੀਦੀ ਹੈ ਕਿ ਜਿਹੜੀ ਡਿਵੈਲਪਮੈਂਟ ਹੈ ਉਹ ਸਸਟੇਨੇਬਲ ਹੋਵੇ, ਤਾਂ ਕਿ ਜਿਹੜੀ ਫਿਊਚਰ ਜਨਰੇਸ਼ਨ ਹੈ, ਅੱਗੇ ਵਾਲੀਆਂ ਸਾਡੀਆਂ ਪੀੜ੍ਹੀਆਂ, ਉਹਨਾਂ ਲਈ ਜਿੰਨੇ ਵੀ ਰਿਸੋਰਸਿਸ ਆ, ਜਿੰਨੇ ਵੀ ਸੋਮੇ ਹੈ, ਉਹ ਖਤਮ ਨਾ ਹੋ ਜਾਣ। ਹੁਣ ਜਿੱਦਾਂ ਪਾਣੀ ਦਾ ਜਾਂ ਦਰੱਖਤਾਂ ਦਾ, ਜੇ ਅੰਧਾ ਧੁੰਦ ਅਸੀਂ ਕਰਨ ਜਾਂ ਪਕੜ ਕੇ ਉਹਨਾਂ ਨੂੰ ਕਰ ਦਿਓ ਬੰਦ, ਜਾਂ ਦੂਸਰਾ ਕਈ ਇਲਾਜ ਚਾਹੀਦਾ, ਇੱਕ ਤਾਂ ਨਸ਼ੇ ਜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਨਸ਼ਿਆਂ ਨੂੰ ਰੋਕਣ ਲਈ, ਨਸ਼ਿਆਂ ਦੀ ਵੇਚ ਨੂੰ ਰੋਕਣ ਦੇ ਲਈ, ਜਿਹੜੇ ਨਸ਼ੇ ਇਸਤੇਮਾਲ ਕਰਦੇ ਆ ਉਹ ਰੋਕਣ ਲਈ ਜਾਂ ਉਹਨਾਂ ਨੂੰ ਸੁਧਾਰਨ ਲਈ, ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਐਜੂਕੇਸ਼ਨ। ਜੇ ਬੱਚਿਆਂ ਦੇ ਵਿੱਚ ਐਜੂਕੇਸ਼ਨ ਔਰ ਅੱਛੀ ਐਜੂਕੇਸ਼ਨ ਔਰ ਅੱਛਾ ਇੱਕ ਨਾਗਰਿਕ ਬਣਨ ਦੀ ਜੇ ਆਪਾਂ ਉਹਨਾਂ ਨੂੰ ਸਿੱਖਿਆ ਦੇਵਾਂਗੇ, ਤਾਂ ਨਸ਼ਿਆਂ ਦੇ ਵਿੱਚ ਇਸਤੇਮਾਲ ਦੇ ਵਿੱਚ ਆਪਣੇ ਆਪ ਕਮੀ ਘੱਟ ਹੋ ਜਾਏਗੀ। ਜੇ ਬੱਚੇ ਪੜ੍ਹੇ ਲਿਖੇ ਹੋਣਗੇ ਤਾਂ ਉਹਨਾਂ ਦਾ ਧਿਆਨ ਵੀ ਦੂਸਰੇ ਅੱਛੇ ਕੰਮਾਂ ਵੱਲ ਜਾਏਗਾ, ਅਤੇ ਨਾਲੇ ਉਹ ਕੋਸ਼ਿਸ਼ ਕਰਨਗੇ ਕਿ ਉਹ ਆਪਣੀ ਕਾਮਯਾਬੀ ਦੇ ਲਈ ਹੋਰ ਗੁਣ ਔਰ ਹੋਰ ਆਪਣੀਆਂ ਤਕਨੀਕੀਆਂ ਆਪਣੀਆਂ ਇਸਤੇਮਾਲ ਕਰਨ, ਜਾਂ ਉਹਨਾਂ ਨੂੰ ਪੱਕਾ ਕਰਨ, ਤਾਂ ਕਿ ਉਹ ਅੱਗੇ ਜਾ ਕੇ ਸਫਲ ਹੋ ਸਕਣ। ਧੰਨਵਾਦ। ਥੈਂਕ ਯੂ। ਹਾਂਜੀ ਸਰ, ਅੱਜ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ 'ਚ ਵਿਜਿਟ ਕੀਤਾ, ਸਲਾਨਾ ਫੰਕਸ਼ਨ ਅਟੈਂਡ ਕੀਤਾ, ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਮੈਂ ਤੀਜੀ ਚੌਥੀ ਵਾਰੀ ਆਇਆ ਅਤੇ ਹਰ ਵੇਲੇ ਕੁਛ ਸਿੱਖ ਹੀ ਜਾਂਦਾ, ਬਹੁਤ ਤਕੜਾ ਪ੍ਰੋਗਰਾਮ ਚੱਲ ਰਿਹਾ, ਅਤੇ ਜਿਹੜਾ ਤਾਂ ਸਕੂਲ ਦਾ ਪ੍ਰੋਗਰਾਮ ਜਿੱਦਾਂ ਬੜੀ ਖੁਸ਼ੀ ਹੋ ਰਹੀ ਹੈ, ਜਿਹੜਾ ਇਕੱਲਾ ਜਿੱਦਾਂ ਲੈਫਟੀਨੈਂਟ ਜਨਰਲ ਸਾਹਿਬ ਨੇ ਵੀ ਕਿਹਾ, ਇਕੱਲੇ ਡਿਗਰੀਆਂ ਨਹੀਂ ਜਾਂ ਇਕੱਲੇ ਸਕੂਲ ਦੀ ਪੜ੍ਹਾਈ ਨਹੀਂ, ਇਕੱਲੀ ਉਸ ਤੋਂ ਬਾਅਦ ਤਿਆਰੀ ਵੀ ਕਰਦੇ ਹੋ ਕਿ ਉਹ ਬੱਚੇ ਕਿਸੇ ਨਾ ਕਿਸੇ ਤਰ੍ਹਾਂ ਬੜੀਆਂ ਜਿਹੜੀਆਂ ਇੰਪੋਰਟੈਂਟ ਪੁਜ਼ੀਸ਼ਨਾਂ ਨੇ ਉਹਦੇ ਵਿੱਚ ਵੜ ਸਕਣ, ਜਿੱਦਾਂ NDA ਅਤੇ ਆਰਮੀ ਵਿੱਚ, ਸਿਵਲ ਸਰਵਿਸ ਵਿੱਚ। ਇਹ ਬੜੀ ਖੁਸ਼ੀ ਦੀ ਗੱਲ ਹੈ, ਅਤੇ ਹੁਣ ਹੋਰ ਵੀ ਖੇਤਰ ਵਿੱਚ ਜਿੱਦਾਂ ਤੁਸੀਂ ਤਿਆਰੀਆਂ ਕਰ ਰਹੇ ਹੋ, ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਸਰ, ਜਿੱਦਾਂ ਬਾਬਾ ਜੀ ਨੇ ਆਪਣੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯਤਨ ਕੀਤੇ ਨੇ, ਇਸੇ ਤਰ੍ਹਾਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਯਤਨ ਕੀਤੇ ਜਾ ਰਹੇ ਨੇ ਬਾਬਾ ਜੀ ਨੂੰ, ਤਾਂ ਉਹਨਾਂ ਸਾਰੇ ਯਤਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜਾ ਤਾਂ ਵਾਤਾਵਰਨ ਦਾ ਕੀਤਾ, ਆਹ ਜਿਹੜੇ ਇੰਨੇ ਦਰਖਤ ਲਾਏ ਨੇ ਅਤੇ ਜੰਗਲ ਵੀ ਬਣਾਉਣੇ ਸ਼ੁਰੂ ਕੀਤੇ ਨੇ, ਇਹਨਾਂ ਦਾ ਤੁਹਾਡੀ ਆਪਣੀ ਸਰਕਾਰ ਹੈ ਜਿਹੜੀ, ਭਾਰਤ ਦੀ ਸਰਕਾਰ ਨੇ ਇਹਨਾਂ ਨੂੰ ਪਦਮ ਭੂਸ਼ਣ ਦਿੱਤੀ ਹੈ, ਪਦਮ ਸ਼੍ਰੀ ਦਿੱਤੀ ਹੈ, ਅਤੇ ਇਸ ਤੋਂ ਵੱਧ ਮਤਲਬ ਸਾਰਾ ਦੇਸ਼ ਇਹਨਾਂ ਦਾ ਦੇਖ ਰਿਹਾ ਕਿ ਪ੍ਰੋਗਰਾਮ ਬੜੇ ਤਕੜੇ ਨੇ, ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹਾਲੇ ਜਿਹੜੀਆਂ ਸੰਸਥਾਵਾਂ ਨੇ ਜਿੱਦਾਂ UN ਵਗੈਰਾ, ਉੱਥੇ ਘੱਟ ਪਤਾ, ਅਸੀਂ ਆਪਣੀ ਸਮੇਂ ਦੀਆਂ ਜ਼ਿੰਮੇਵਾਰੀ ਕਿ ਇਹ ਸਾਰੇ ਕੰਮ ਨੂੰ
दुनिया भर लैके जाया जाए तो वह भी कुछ सीखण तो असं भी उन्होंने तो कुछ सीखा तो पर बाबा जी का जरा प्रोग्राम ने बहुत तकड़े ने यह देख के ज जिन्होंने भी मैं असी दस्या जब असी COP 27 गए थे आप पिछे इजिप्त जी सारी दुनिया तकरीबन 35,000 बंदा इकट्ठा होया सारिया सरकार जी भी सरकार जो मुलाकात होंगी सी कोई NGO UN की संस्था ना जो उन्होंने काम दसते हैं तो बड़े हैरान होंगे ने तो बड़े खुश होंगे ने तो कहते हैं आना चाहते ने देखना चाहते हैं सर बाबा जी वालों किए जतना में संगत में की अपील करनी चाहिए संगत जी कि बाबा जी के नाल मोढ़े का मोढ़ा जुड़ के चल सकती है कि वातावरण भी अपने संभाल कर सकती है ता जो साड़ी आने वाली जनरेशन जी भयानक बीमारियों तो बच सके। हाँ जी क्योंकि बाबा जी का जरा हैगा तरीका आ ये हैगा गुरसिखी तो गुरमुख से गुरु ग्रंथ साहब की जी सिक्ख्या तो गह संगतान जमींदारा दसते हैं कि आ अपनी जी है जिम्मेवारी है ये गुरु साहब ने सानू कहा तो असी यह धरती वो काफ़ी कुछ भुल चुके हैं जरा मतलब जे तुम देखो दसां गुरुआ ने